ਲੈ ਵੀ ਕੈਨੇਡਾ ਦਾ ਵੀਜ਼ਾ ਲੱਗ ਗਿਆ ਓਏ ਹੁਣ ਤਾਂ ਮੈਂ ਕੈਨੇਡਾ ਆ ਜਾਵਾਂਗੇ ਥੈਂਕ ਯੂ ਫੋਰ ਯੂ ਇੰਟਰਸਟ ਇਨ ਕਮਿੰਗ ਟੂ ਕੈਨੇਡਾ ਆਹ ਪਹਿਲਾਂ ਤਾਂ ਐ ਲੱਗਾ ਉੱਠ ਮੈਂ ਤਾਂ ਉੱਧਰ ਸ਼ਿੱਤਾ ਗਾਣੇ ਵੀਜ਼ਾ ਲੱਗ ਗਿਆ ਯਾਰ ਸਾਡਾ ਸ਼ੁਕਰ ਆ ਸਾਡਾ ਕੈਨੇਡਾ ਦਾ ਵੀਜ਼ਾ ਤਾਂ ਲੱਗਾ ਇੰਨੇ ਚਿਰ ਦਾ ਡੀਕਨ ਨੇ ਸਭ ਕਲੀਆਂ ਕੁੜੀਆਂ ਹੋ ਗਈਆਂ ਵਿਆਹ ਦੀ ਜਾਣੇ ਤਿਆਰੀ ਉੱਠ ਜਾ ਆਂਡ ਜਾ ਮੈਂ ਦਿਲ ਜੋੜਨ ਤੇ ਆਇਆ ਮੈਂ ਜੋੜ ਹੀ ਲੈਣਾ ਅੱਗੇ ਹੋਵੇ स्वागत करते हैं अपने व्लॉग दे विच। सो नवा व्लॉग शुरू कर लिया वा सारा व्लॉग लास्ट तक जरूर देखो तुहानू व्लॉग वधिया लगेगा तो चैनल नू सबसक्राइब करो तो व्लॉग शुरू होने तो पहला पहला सारे जने कमेंट कर दो कुछ भी कमेंट कर दिया करो अपने कमेंट कदी नहीं रुकने चाहिए क्योंकि कमेंट जिहड़ा हुंदा ना हर एक बंदा व्लॉग देखता किसी का या वीडियो देखता किसी की कोई रील देखता किसी की पहला कमेंट पढ़ता क्योंकि कमेंट तो ही पता लगता कि बंदे की रैपोटेशन मार्केट च की है। ठीक है सो हाडी रैपोटेशन की है और तुसी कमेंट इन्ने वधिया वधिया करते हैं ना कि इन्ने इन्ने वड्डे कमेंट कर देने साडियां तरीफां जी या चंगे पंदे या कुछ भी वधिया कमेंट कर देने बड़ी मोटिवेशन मिलती फिर अगली वीडियो बनाउण च कि लोगों नूं चंगी लगती चीज क्रिएट करो कंटेंट क्रिएट करो कंटेंट क्रिएट करो गाला खाओ ठीक है तो बाकी तुसी व्लॉग देखो कमेंट कर दिओ सारे जने कुछ भी कमेंट कर दिया करो चैनल सबसक्राइब कर दिओ बाकी व्लॉग दे विच कनेडा कनेडा हो गई है कनेडा चले आ कि नहीं चले क्यों नहीं चले ये तुहानू व्लॉग च दस्सिया वा व्लॉग तुसी सारा देख लिओ कि साडा कनेडा दा वीजा लगा सी क्यों नहीं चले उत्थे ठीक है देखो व्लॉग तो देखो बस लो जी नवे मेहमान दे कोई नहीं हजे लाइट आ गई मैं चेक नहीं नहीं तू चला ता वे नवा मेहमान आ रहा है कमरा बना रहे छोटा रेनोवेशन चल रही है चुप आ किला कड्या इत्थे दिखाओ टी दिखा जिहड़ी मैं बनवा के लाया होना ही फड़ा दो ਆਹੋ ਮੈਂ ਕਿਹਾ ਪਤਾ ਨਹੀਂ ਕਿੱਡਾ ਕੰਮ ਕਿਹਾ ਤਾ ਨਾ ਕਿ ਮੈਂ ਆ ਕੀਤਾ ਉਹ ਕੀਤਾ ਕਹਿੰਦਾ ਫੜਾ ਦੋ ਉਹ ਫੜਾ ਦੋ ਕਿਤੇ ਮੈਂ ਵਰਤਿਆ ਸਾਰਾ ਕੋ ਮੈਂ ਹੀ ਥੋੜੀ ਤੱਕ ਕਿੱਲਾ ਮੈਂ ਕੱਢਿਆ ਬਣਵਾ ਕੇ ਮੈਂ ਲਿਆ ਤਾਰ ਮੈਂ ਲਿਆਂਦੀ ਜੰਗਲਾ ਉੱਥੋਂ ਚੱਕ ਕੇ ਭਾਈ ਮੈਂ ਨਹੀਂ ਮੈਂ ਵੀ ਨਾਲ ਸੀ ਮੈਂ ਕੱਢਿਆ ਸਿਰਫ ਇੱਕ ਤਾਰ ਘੁਮਾ ਕੇ ਉਧਰੋਂ ਤਾਂ ਇਦਾਂ ਹੀ ਦਾ ਕਰਕੇ ਕੰਮ ਹੋ ਗਿਆ ਦੱਸਿਆ ਕਿੰਨੇ ਦੱਸਿਆ ਕਿੰਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਹੈਗਾ ਤੈਨੂੰ ਪਤਾ ਕਾਹਦਾ ਵਾ ਬਸ ਕਰੋ ਮੈਨੂੰ ਸਭ ਪਤਾ ਵਾ ਉਹ ਜਿਹੜੀਆਂ ਗੱਲਾਂ ਤੈਨੂੰ ਪਤਾ ਨਾ ਉਹਦਾ ਮਤਲਬ ਕੋਈ ਨਹੀਂਗਾ ਠੀਕ ਹੈ ਠੀਕ ਠੀਕ ਹੈ ਨਾ ਭਾਈ ਬਿਲਕੁਲ ਸਹੀ ਗੱਲ ਹੈ मेरे तो बगैर पिछली गल मेरे ना नी कोई भी करनी केस तो जाया गाना केड़ा लाउणा सी गाना भी ओही लाउणा केड़ा गाना लाउणा दिल दे उत्ते ਮੈਨੂੰ
ਕਿੰਨੇ ਲਾਈਕ ਜਾਣੇ ਭਲਾ ਦੱਸਿਆ ਇਹਨੂੰ ਹੈ ਕਿੰਨੇ ਲਾਈਕ ਜਾਣੇ ਆ ਮੰਨਦਾ ਨਹੀਂ ਹੈ ਬਾਕੀ ਸਾਰੇ ਜਣੇ ਕਹਿੰਦੇ ਰਾਜੇ ਦੀ ਕੋਈ ਗੱਲ ਨੀ ਕਰਦੇ ਰਾਜੇ ਦੀ ਵੀ ਗੱਲ ਕਰਦੇ ਅੱਜ ਤੱਕ ਮੁੰਡਾ ਬਹੁਤ ਕੰਮ ਕਰਦਾ ਬਹੁਤ ਕੰਮ ਕਰਦਾ ਮੁੰਡਾ ਬਹੁਤ ਕੰਮ ਕਰਦਾ ਕਦੇ 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 ਕਾਬੂ ਹੁੰਦਾ ਉਹ ਤੂੰ ਆਣਾ ਲਾ ਦੀ ਥੱਲੇ ਇਹਨੂੰ ਆਹੀ ਸਿੱਧਾ ਵਾ ਥੋੜੀ ਘਿਰ ਚੱਕੋ ਆਹ ਕਿੱਥੇ ਤੋੜਤੀ ਸਾਰੀ ਖੁਰਲੀ ਇੱਥੋਂ ਬੜਾ ਮਿਹਨਤੀ ਮੁੰਡਾ ਵੀ ਬੜਾ ਮਿਹਨਤੀ ਬਹੁਤ ਕਰਦਾ ਬਹੁਤ ਕਰਦਾ ਓਦਾਂ ਤੇ ਉੱਠਦਾ ਥੱਲੇ ਨੀ ਹੁੰਦਾ ਅੱਜ ਮੇਰੇ ਤੋਂ ਪਹਿਲਾਂ ਥੱਲੇ ਕਿਦਾਂ ਆ ਗਿਆ ਫੋਨ ਲੱਗਦਾ ਪਹਿਲੇ ਚੱਲ ਗਿਆ ਇਹਨੂੰ ਤੇ ਵੱਜ ਗਏ ਪੈ ਤੂੰ ਟੁੱਟ ਗਿਆ ਦੋਨੋਂ ਕੀ ਹੋ ਗਿਆ ਖਾਣਾ ਹੀ ਆ ਉਹਨੇ ਤੋੜ ਕੇ ਖਾਣਾ ਲੂਣ ਖਵਾ ਦੇਣਾ ਚਲੋ ਆ ਜਾਓ ਉਧਰ ਗਾਈ ਵੱਲ ਮੈਚ ਲੱਗਣ ਲੱਗਾ ਵਾ ਮੈਚ ਬਹੁਤ ਫਸਮਾ ਅੱਜ ਬਸ ਮੈਂ ਕਹਿੰਦਾ ਆ ਇੱਕ ਮੇਰੇ ਕੋਲ ਆ ਮੈਂ ਕਿਹਾ ਉਧਰ ਲੈ ਕੇ ਜਾਣਾ ਹਾਂਜੀ ਵਧਾਈਆਂ ਬਹੁਤ ਬਹੁਤ ਤੁਹਾਨੂੰ ਇੱਕ ਦੋ ਦਿਨਾਂ ਦੀ ਗੱਲ ਆ ਬਸ ਅੱਜ ਕੱਲ ਦੀ ਗੱਲ ਹੀ ਆ ਬਸ ਗਾਈ ਵਾਸਤੇ ਮਿੱਠਾ ਪਹਿਲੇ ਤਿਆਰ ਕੀਤਾ ਬੀਬੀ ਨੇ ਪਹਿਲੇ ਪੁੱਛ ਲਾ ਹੁਣੇ ਖਵਾਉਣਾ ਮੁੜ ਕੇ ਗਾਲਾਂ ਦਾ ਖਾਈਆਂ ਵੀ ਗਰਮ ਤੇ ਨੀਗਾ ਠੰਡਾ ਕਰਕੇ ਨੀ ਲਿਆਂਦਾ ਕਾਫੀ ਦੇਰ ਹੋ ਗਈ ਉਧਰ ਰੱਖੇ ਨੂੰ ਚਲੋ ਹੱਥ ਨੀ ਲਾਉਣਾ ਹੱਥ ਨੀ ਲਾਉਣਾ ਨਹੀਂ ਨਹੀਂ ਉਹ ਖੁਰਕੰਡੀ ਆ ਜਾਣੀ ਇਹ ਨੀ ਮੰਨਿਆ ਜਾਣਾ ਹਜੇ ਨੀ ਮੈਨੂੰ ਲੱਗਦਾ ਡਰ ਗਈ ਤੜ ਦੋਣ ਨਹੀਂ ਅੰਕਲ ਵੱਲ ਜ਼ਿਆਦਾ ਕਿਉਂਕਿ ਅੰਕਲ ਚੈੱਕ ਕਰ ਚੱਲ ਤੂੰ ਹੱਥ ਕਰ ਉਹ ਵੇਖਣ ਡੀ ਹੱਥ ਕੀ ਹੈ ਚੁੱਪ ਕਰ ਉਹ ਕਹਿੰਦੀ ਹੁਣੀ ਜਰਾ ਮੇਰਾ ਕੀ ਜ਼ਰੂਰਤ ਕੜਾਹ ਖਾਣ ਡੀ ਨਾ ਨਾ ਮੰਜਰਾ ਸੁੱਟ ਲੈਣਾ ਵਾ ਕੱਲ ਅੱਜ ਨਹੀਂ ਤੇ ਕੱਲ ਤੱਕ ਸੂ ਪੈਣੀ ਆ ਭੈਣ ਜੀ ਥੋੜਾ ਆਰਾਮ ਨਾ ਤੁਹਾਡਾ ਹੀ ਹੈ ਸਾਰਾ ਇਹ ਮੈਂ ਥੋੜਾ ਖਾ ਜਾਣਾ ਨਾਲ ਤੁਹਾਡੇ ਚੱਕ ਦੋ ਫੱਟੇ ਚੱਕ ਦੋ ਚੱਲ ਰਿਹਾ ਸਾਬੀ ਨੂੰ ਪਤਾ ਨੀ ਹੈਗਾ ਚੱਲ ਰਿਹਾ ਹੋਰ ਕਿਤੇ ਚੱਲਣਾ ਅੱਜ ਮੈਂ ਕੀ ਕਹਿੰਦਾ ਨਵਾਂ
ਹਾਂਜੀ ਤੇ ਬਾਬਿਓ ਸਤਿ ਸ੍ਰੀ ਅਕਾਲ ਜੀ ਹਾਂ ਜੀ ਗਾਇਜ਼ ਕੀ ਕਹਿੰਦਾ ਓਏ रिफ्यूजलां बहुत ज्यादा लग रही अज आप कि सुखना ला के आए जाके की पता हो कुछ लग जाए चलो कोई गल नी कृपा हो जाऊगी रावण नू मिलन गए अज दशहरा है ना अज सच दशहरा भी आ दशहरा चेता भुलिया वा ਅੱਜ ਦੁਸ਼ਹਿਰਾ ਉਹ ਤਾਂ ਅਸੀਂ ਗਏ ਸਾਰਾ ਪਰਿਵਾਰ ਚ ਘੁੰਮਣ ਤੇ ਹੁਣ ਅੱਗੇ ਆ ਰਿਹਾ ਆ ਕੁਝ ਖਾਣ ਪੀਣ ਦਾ ਕਹਿੰਦੇ ਮਸਲਾ ਬਣ ਰਿਹਾ ਆ ਖਾਣਾ ਕੁਝ ਝੂਠ ਝੂਠ ਕੁਛ ਨਹੀਂ ਖਵਾਉਣਾ ਲੰਗਰ ਖਵਾ ਕੇ ਤੋਰਿਆਂ ਨੂੰ ਜਿੰਨੇ ਗੁਰਦੁਆਰੇ ਆਪਾਂ ਰੁਕੇ ਸਾਰੇ ਲੰਗਰ ਖਾਂਦੇ ਵੀ ਕੋਈ ਕੀਤਾ ਨਹੀਂ जलेबियां खवावांगे तुहानू घरे जाके सब्जी मंडी बाहर भैया जी लाए होंगे अजकल लगे ਮੇਰੇ ਪ੍ਰਵਾਸੀ ਭਰਾ ਉਹ ਇੱਥੇ ਕੜਾਈ ਦੇ ਨਾਲ ਆਇਆ ਕਰ ਲੈਂਦੇ ਹੱਥ ਮੁੜ ਕੇ ਅੱਜ ਲੱਗ ਗਈਆਂ ਰੇੜੀਆਂ ਸਾਰੇ ਚੌਂਚ ਲੱਗੀਆਂ ਹੋਣੀਆਂ ਅੱਜ ਉੱਥੋਂ ਲੈ ਲੈਣੇ ਆ ਤੇ ਪਰ ਇਹ ਪਹਿਲੋ ਜਿਹੜਾ ਹੁਣ ਜਿਹੜਾ ਮੈਂ ਤੇਲ ਪਵਾਇਆ 5000 ਦਾ ਭਾਈ ਉਹ ਬੱਸ ਕਰੋ ਤੇਲ ਪਵਾਇਆ ਮੇਰਾ ਇੱਥੇ ਕਾ ਹੁੰਦਾ ਹੋਣਾ ਲਿਖਿਆ ਉਹਦੇ ਤੇ ਗਗਨਪ੍ਰੀਤ ਦਾ ਕਾਰਡ ਉਹ ਮੈਂ ਸੁੱਟਤੀ ਜਾਂ ਭਾਜੀ ਮੈਂ ਕਾਰਡ ਦਿੱਤਾ ਤੇਲ ਦਾ ਕਾਰਡ ਸਭ ਲਾ ਲਿਆ ਤੇਲ ਮੈਂ ਆਪ ਹੀ ਪਵਾਇਆ ਠੀਕ ਨਹੀਂ ਅੱਜ ਮੈਂ ਕਿਤੇ ਜਾਣਾ ਸੀਗਾ ਮਹਾਰਾਜ ਦਰਸ਼ਨ ਕਰਨ ਮੈਂ ਜਰਾ ਛੁੱਟੀ ਹੈਗੀ ਜਾਂਦੇ ਆ ਡਰਾਈਵਰ ਚਾਹੀਦਾ ਤੇ ਡਰਾਈਵਰ ਅੱਜ ਸਾਨੂੰ ਮਿਲਿਆ ਨਹੀਂ ਠਾ ਲਿਆ ਫਿਰ ਮੈਂ ਇਹਨੂੰ ਠਾ ਲਿਆ ਵੀ ਚੱਲ ਆ ਜਾ ਭਰਾਵਾ ਤੈਨੂੰ ਲੈ ਚੱਲੀਏ ਨਾਲ ਇੱਧਰ ਫੜਾ ਦੋ ਮੇਰਾ ਫੋਨ ਫੜਾ ਦੋ ਇੱਧਰ ਲੋ ਫੜੋ ਲੋ ਵੀ ਐਵੇਂ ਜਿਹੜਾ ਕੰਮ ਕਹਿੰਦੇ ਨੇ ਜਿਹਦਾ ਕੰਮ ਹੁੰਦਾ ਉਹਨੂੰ ਵਧੀਆ ਲੱਗਦਾ ਹੁੰਦਾ ਵਾ ਤੁਸੀਂ ਆਪਣਾ ਨਹੀਂ ਹੁੰਦਾ ਵਧੀਆ ਬਣਾ ਕੇ ਮੈਂ ਵਾਲਾ ਕੰਮ ਸੰਭੋ ਬਸ ਇਹ ਆ ਮੈਂ ਚੱਲਣਾ ਤੁਹਾਨੂੰ ਦੂਜੇ ਦਾ ਲੜਨਾ ਪੜਾ ਉਹ ਚੁੱਪ ਕਰ ਵਛਿਆ तेरा फोन दा नहीं सही हैगा कलर कुलर नहीं ठीक हैगा चलो बस करो हुण घरे जाने आ घरे जाके मिलदे घर जाके आप ना पकौड़े कढ़ीए आप कट लेने घर जाके देखते घर जाके देखते कीता मैं फंडिया तुझे फंडिया होंगे तेनों बड़ी अग लाई होंगी जिदा बोलन की अग लैनी ਅੱਗੇ ਲੱਗ ਯਾਰ ਉਦੋਂ ਆਪਾਂ ਵੀ ਲੱਭਦੇ ਫਿਰਦੇ ਇਹਨੂੰ ਸਾਰੇ ਉਦੋਂ ਤਾਂ ਮੈਨੂੰ ਜਾਣਦਾ ਵੀ ਨਹੀਂ ਭਾਜੀ ਇਹ ਉਦੋਂ ਤੇ ਤੁਸੀਂ ਜਾਣਦੇ ਸੀ ਮੈਨੂੰ ਹਨਾ ਤੁਸੀਂ ਚੌਂਕ ਤੁਹਾਡੇ ਕਰਕੇ ਜਾਣਦੇ ਉਹ ਸੋਨੂੰ ਭਾਈ ਦਾ ਮੁੰਡਾ ਗਵਾਚ ਗਿਆ ਲੱਭੋ ਅਸੀਂ ਸੂਰਨ ਨਸੀ ਮੰਡੀ ਇਹ ਤੁਹਾਨੂੰ ਨਹੀਂ ਇਹਨੂੰ ਨਹੀਂ ਜਾਣਦਾ ਜਦੋਂ ਮੈਂ ਉਹ ਪਤਾ ਲੱਗਾ ਉਹ ਨੁਕਸਾਨ ਹੋ ਚੱਲਾ ਸੀ ਪਕੌੜੇ ਕੱਢਣੇ ਛੇਤੀ ਕਰੋ ਯਾਰ ਕਿੱਡਾ ਵੱਡਾ ਪਕੌੜਾ ਕੱਢ ਲੈ ਕੇ ਰਾਤ ਦੁਕਾਨ ਤੋਂ ਪਕੌੜੇ ਨਹੀਂ ਲਏ ਪੈਸੇ ਬਚਾਉਣ ਦੇ ਚੱਕਰ ਮੈਂ ਨਹੀਂ ਖਾਣੇ ਬਾਹਰ ਦੇ 20 ਰੁਪਏ ਬਚਾਉਣ ਦੇ ਚੱਕਰ ਤੇ ਆ ਵੀ ਪੈਸੇ ਲੱਗੇ ਕਿੱਥੇ ਲੱਗੇ 5 ਰੁਪਏ ਤੇਲ ਤੇਲ ਲੱਗਣਾ ਜਿਹੜਾ ਗੈਸ ਲੱਗਣਾ ਤੇਲ ਗੈਸ ਬਾਕੀ ਬਾਬਾ ਰਾਵਣ ਦੇ ਖੁਸ਼ੀ ਜੀ ਮੈਂ ਬਣਾ ਲਿਆ
ਮਰਨ ਦੀ ਕੋਸ਼ਿਸ਼ ਵਿਚਾਰੇ ਦੀ ਬੰਦਾ ਨਾਈਸ ਸੀ ਬਸ ਉਹ ਥੋੜਾ ਜਿਹਾ ਗਲਤੀ ਕਰ ਗਿਆ ਉਦਾਂ ਹੀ ਚਲੋ ਬਦਲਾ ਲਿਆ ਆਪਣੇ ਵੱਲੋਂ ਦਿਓ ਆਪਾਂ ਤਾਂ ਆਰਾਮ ਨਾਲ ਗੱਲ ਕਰ ਰਹੇ ਤੂੰ ਵਿੱਚੋਂ ਦੂਜੀ ਗੱਲ ਕਰਨ ਡਿਆ ਬਿਗ ਬੋਸ ਵਾਲੀ ਗੱਲ ਕਰਨ ਡੇ ਜਿਹੜੀ ਆਪਾਂ ਬਿਗ ਬੋਸ ਨੇ ਕਹਿਣਾ ਇਹ ਸਾਰਾ ਸਾਲ ਨੀ ਬੰਦ ਹੋਣਾ ਟਾਈਲ ਇਹ ਐਪੀਸੋਡ ਸਾਰਾ ਸੀਜ਼ਨ ਚੱਲੂਗਾ ਇਹ ਸਾਰਾ ਸੀਜ਼ਨ ਤਾਂ ਸਾਰੇ ਸਾਲ ਚੱਲੂਗਾ ਅੱਛਾ ਗਾਈ ਦੀ ਗੱਲ ਕਰਨ ਡਿਆ ਤੂੰ ਪਿੱਛੋਂ ਗਾਈ ਦੀ ਗੱਲ ਕਰਨ ਡਿਆ ਤੂੰ ਬੇਬੀ ਗਾਈ ਕਿਦੋਂ ਸੁਣੀ ਹੈ ਤੁਸੀਂ ਮੈਨੂੰ ਕੱਲ ਵੀ ਇਹ ਗਿਆ ਸੀ ਲੜੀਆਂ ਲਾਉਣ ਦੀ ਗੱਲ ਕਰਨ ਡੇ ਸੀ ਲੜੀਆਂ ਲਾਉਣੀਆਂ ਆਪਾਂ ਹੁਣ ਪੂਰੀਆਂ ਜਿੱਦਾਂ ਕੈਮਰਾ ਬੰਦ ਹੋਇਆ ਫੜੋ ਯਾਰ ਫੋਟੋ ਅੱਜ ਅੰਕਲ ਨੇ ਫੇਲ ਕਰਨਾ ਹਰਭਜਨ ਨੂੰ ਕੱਟਣ ਨੂੰ ਕਿਤੇ ਨੀ ਕਿਤੇ ਨੀ ਕਿਤੇ ਕਿਤੇ ਨੀ ਹੈਗਾ ਥੋੜਾ ਚਿਰ ਪਹਿਲਾਂ ਤਾਂ ਲਵਾਵਾਂਗੇ ਹੀ ਉਦੋਂ ਤੱਕ ਆਪਾਂ ਵੀਡੀਓ ਬਣਾ ਲਾਂਗੇ ਨਾ ਸਭ ਕਲੀਆਂ ਕੁਲੀਆਂ ਹੋ ਗਈਆਂ ਵਿਆਹ ਕਰਾ ਲੈਣੇ ਸਭ ਲੈਟਾਂ ਲੂਟਾਂ ਲੱਗ ਗਈਆਂ ਗੱਲ ਸੁਣੀ ਮੇਰੀ ਸਭ ਕਲੀਆਂ ਕੁੜੀਆਂ ਹੋ ਗਈਆਂ ਵਿਆਹ ਦੀ ਜਾਣੇ ਤੇ ਆਂਡ ਚ ਆ ਕੇ ਗੱਲ ਵਿਆਹ ਦੀ ਢੁਕਦੀ ਫੇਰ ਭਰਾਵਾ ਗਾਣੇ ਦੀ ਗੱਲ ਕੀਤੀ ਵਿਆਹ ਦੀ ਗੱਲ ਕਿੰਨੇ ਕੀਤੀ ਬਸ ਸੁਣਾ ਤੇ ਤੂੰ ਹੀ ਚੀਜ਼ ਡਿਆ ਨਾ ਦੀ ਗੱਲ ਕੀਤੀ ਫੇਰ ਬੀਬੀ ਨੂੰ ਬਾਅਦ ਯਾਦ ਆਇਆ ਕਿ ਬਲੌਗ ਬਣ ਰਿਹਾ ਉਹ ਕੀ ਕਹਿੰਦੇ ਬਾਲਟੀ ਇੱਕ ਲੈ ਆਏ ਕਲੀ ਕਰਾ ਦੀ ਬੇੜਾ ਬੇੜਾ ਔਰ ਐਂ ਤਾਂ ਹੋਇਆ ਹੀ ਇਹ ਕਲੀ ਕਰੀ ਜੋ ਕੁਛ ਵੀ ਘਰ ਦਾ ਕਰਾਉਣਾ ਵਿਆਹ ਤੇ ਹੀ ਕਰਾਉਣਾ ਉਸ ਤੋਂ ਪਹਿਲਾਂ ਕੋਈ ਪੈਸੇ ਚ ਆਈਏ ਨਵੇਂ ਲਈ ਇਹਦੇ ਕੋਲ ਬਣ ਗਏ ਪਕੌੜੇ ਖੁਸ਼ ਹੁਣ ਚਟਨੀ ਵੀ ਆਪ ਬਣਾਈ ਚਟਨੀ ਜ਼ਿਆਦਾ ਸਵਾਦ ਬਣੀ ਹੈ ਨਾ ਬਾਕੀ ਉਹ ਰਿਸ਼ਤਾ ਵੇਖਣ ਜਾਣ ਡੇ ਮੇਨ ਜਿਹੜੀ ਗੱਲ ਆ ਗਈ ਯਾਰ ਇਹ ਮਿਕਸ ਵਾਲੇ ਅੱਜ ਦੀ ਸੁਣਨਾ ਵਾ ਨਾ ਫਿਰੋ ਆ ਮੈਂ ਕੱਢ ਲੈਣਾ ਇੱਦਾਂ ਨਾ ਹੱਥ ਲਾਓ ਉਹ ਅੱਜ ਦੀ ਸੁਣਨਾ ਵਾ ਕੁਛ ਨੀ ਹੋ ਗਿਆ ਗੰਨਾ ਚਲੋ ਠੀਕ ਹੈ ਖਾ ਲਓ ਹੁਣ ਸਾਰਾ ਟੱਬਰ ਗਾਈ ਦੇ ਆਲੇ ਦੁਆਲੇ ਬੈਠੇ ਆ 20 ਦਿਨਾਂ ਤੋਂ 5 ਤਰੀਕ ਨੂੰ ਇਹਨੇ ਸੋਣਾ ਸੀਗਾ ਮੈਂ ਜਦੋਂ ਗਾਈ ਨੂੰ ਕੋਈ ਟੀਕਾ ਟੂਕਾ ਲਾਉਂਦਾ ਨਾ ਤਾਂ ਉਹਦੇ ਵਾਲਿਆਂ ਨਾਲ ਮੈਨੂੰ ਛਿੱਕਾ ਆਉਣ ਲੱਗ ਪੈਂਦੀਆਂ ਹੁਣ ਉਹਨੂੰ ਟੀਕਾ ਲਾ ਕੇ ਹਟਿਆ ਛਿੱਕਾ ਆਈ ਜਾਂਦੀਆਂ ਲੱਗਦਾ ਨੀ ਉਹਦਾ ਬੱਚਾ ਘੋਟ ਦੇਣਾ ਇਕੱਠੀ ਜੀ ਹੋਈ ਜਾਂਦੀ ਪੂਛ ਚੱਟਣ ਵਾਸਤੇ ਬੈਨ ਲੱਕ ਚ ਵਾਲ ਵੇ ਕਿੱਡਾ ਪਾਇਆ ਉਹਦੀ ਭਾਵੇਂ ਧੋਣ ਧੋੜ ਦੇਵੇ ਖੁਰਕ ਕਰਨ ਵਾਸਤੇ ਕਿੱਡੀ ਮੁੜੀ ਹੈ ਤੇ ਉਹਦੀ ਭਾਵੇਂ ਧੋਣ ਧੋੜ ਦੇਵੇ ਅੰਦਰ 5 ਤਰੀਕ ਨੂੰ ਗਾਈ ਸੁਣੀ ਸੀ ਆਪਣੀ ਅੱਜ ਤਰੀਕ ਹੋ ਗਈ 25 20 ਦਿਨ ਉੱਤੇ ਹੋ ਗਏ ਅੱਜ ਸ਼ਾਇਦ ਅੱਜ ਜਾਂ ਕੱਲ ਤੱਕ ਦਵਾਈ ਜ਼ਿਆਦਾ ਮਿੱਠੀ ਜੀ ਵੀ ਬਾਹਰ ਕੱਢ ਲਈ ਉਹਨੇ ਦਵਾਈ ਚੱਟਣ ਡੀ ਚੰਗੀ ਤਰ੍ਹਾਂ ਟੀਕਾ ਕਾਹਦਾ ਲਾ ਕਰਨ ਟੀਕਾ ਨੋਰਮਲ ਲਾਇਆ ਦਵਾਈ ਚੱਟਣ ਡੀ ਅੱਜ ਸ਼ਾਇਦ ਸੂ ਹੀ ਪਵੇ 20 ਦਿਨ ਹੋ ਗਏ ਆਪਾਂ ਇਹਦੀ ਰਾਖੀ ਬੈਠੇ ਕਿ ਚੱਲ ਅੱਜ ਬਾਕੀ ਬੀਬੀ ਕੋ ਗੱਲਾਂ ਕਰਨੀ ਬੀਬੀ ਰਿਫਿਊਜ਼ਰ ਬਾਰੇ ਕੀ ਕਹਿਣਾ ਕੀ ਕਹਿਣ ਡੇ ਕਿੱਦਾਂ ਦਾ ਸੀ ਮੈਂ ਕਿੱਦਾਂ ਦਾ ਹੋ ਗਿਆ
ਸੀਰੀਅਸ ਜੀਆਂ ਗੱਲਾਂ ਕਰਨ ਦੇ ਸੀ ਨਾ ਮੈਂ ਇਹ ਗੱਲ ਕਰਨੀ ਹੈ ਵੀ ਲੋਕੀ ਕਹਿੰਦੇ ਇੱਕ ਮਿੰਟ ਦਾ ਸੌ ਕੋ ਤੇ ਜਾ ਪੈਂਦਾ ਥੋੜਾ ਜ਼ੋਰ ਦੀ ਕੀ ਉਹ ਜਾ ਪਿਆ ਨਾ ਨਹੀਂ ਤੁਸੀਂ ਕਹਿੰਦੇ ਮਸੂਮ ਜਿਹਾ ਹੁੰਦਾ ਸੀਗਾ ਆਹੋ ਵੀ ਚੱਪਾ ਸਾਰਾ ਹੁੰਦਾ ਸੀ ਨਿਗਾਹ ਜਿਹਾ ਐਵੇਂ ਨਿਆਣਾ ਕਿਹੜੇ ਸੀ ਆਪਣੇ ਫਸ ਗਿਆ ਕਿਹੜੇ ਆ ਜ਼ਿੰਮੇਵਾਰੀਆਂ 'ਚ ਪੈ ਗਿਆ ਜ਼ਿੰਮੇਵਾਰੀ ਸਵਾਦ ਨਹੀਂ ਰਹਿ ਗਈ ਹਾਂਜੀ ਬਾਬਿਓ ਕੀ ਹਾਲ ਚਾਲ ਹੁਣੇ ਫਰੇਰ ਨਾ ਹੁਣੇ ਫਿਰ ਪਲਾਟ 'ਚੋਂ ਆਏ ਅੱਜ ਲੱਗਦਾ ਕਹੀਂ ਸੂਬੂਗੀ ਬੜਾ ਜ਼ਿਆਦਾ ਹੀ ਆਪਾਂ ਨਾ ਉਹਨੂੰ ਧਿਆਨ ਰੱਖਣ ਨੇ ਉਹਦਾ 25-26 ਦਿਨ ਉੱਤੇ ਹੋ ਗਏ ਅੱਜ ਰਾਤ ਤੱਕ ਸ਼ਾਇਦ ਸੂਬੂਗੀ ਹੁਣ ਗੱਲ ਕਰਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਪ੍ਰੋਬਲਮਾਂ ਨੇ ਜਿੱਦਾਂ ਕਿ ਉਹ ਗੱਲ ਸੀਗੀ ਸਾਡੇ ਸਾਰੇ ਯਾਰ ਡਿਪਰੈਸ਼ਨ ਦੇ ਵਿੱਚ ਆ ਗੱਲ ਕਿਹਦੇ ਨਾਲ ਕਰੀਏ ਤਾਂ ਸਾਨੂੰ ਕੱਢੂਗਾ ਕੌਣ ਸਾਨੂੰ ਸਮਝਾਵੇ ਕਿਹੜਾ ਅਸੀਂ ਤਾਂ ਆਪ ਦੋਵੇਂ ਤਿੰਨੇ ਚਾਰੇ ਜਾਣੇ ਡਿਪਰੈਸ਼ਨ ਦੇ ਵਿੱਚ ਹਾਂ ਸੋ ਸਾਡਾ ਕਨੇਡਾ ਤੋਂ ਆਇਆ ਰਿਸਪੋਂਸ ਫਾਈਲ ਲਾਈ ਸੀ ਆਪਾਂ ਜਦੋਂ ਦੁਬਈ ਤੋਂ ਆਇਆ ਨਾ ਮੈਂ ਉਦੋਂ ਮੈਂ ਸੋਚਿਆ ਕਿ ਚਲੋ ਟੂਰਿਸਟ ਵੀਜ਼ਾ ਲਵਾ ਕੇ ਵੇਖਦੇ ਪਹਿਲਾਂ ਤਾਂ ਮੇਰਾ ਇਰਾਦਾ ਸੀ ਕਿਤੇ ਹੋਰ ਜਾਣ ਦਾ ਠੀਕ ਆ ਪਰ ਉੱਦਾਂ ਹੀ ਮੇਰੇ ਦਿਮਾਗ 'ਚ ਆ ਗਿਆ ਕਿ ਚੱਲ ਇੱਕ ਵਾਰੀ ਇਹ ਵੀ ਗੇਮ ਖੇਡ ਕੇ ਦੇਖ ਲੈਂਦੇ ਮੈਨੂੰ ਕਿਸੇ ਨੇ ਕਿਹਾ ਵੀਜ਼ੇ ਬਹੁਤ ਲੱਗਣ ਡੇ ਚਲੋ ਮੈਂ ਕਿਹਾ ਇੰਨੀਆਂ ਰਿਫਿਊਜ਼ਲਾਂ ਪਹਿਲਾਂ ਹੀ ਲੱਗੀਆਂ ਬੰਦ ਕਰ ਇਹਨੂੰ ਬੰਦ ਕਰ ਕਿ ਹਾਂ ਵੀ ਚਲੋ ਮਤਲਬ ਆਪਾਂ ਕਨੇਡਾ ਟਰਾਈ ਮਾਰ ਲੈਂਦੇ ਹਾਂ ਫਿਰ ਕਨੇਡਾ ਦਾ ਅਪਲਾਈ ਕੀਤਾ ਅਤੇ ਫਿਰ ਉੱਧਰੋਂ ਆਇਆ ਰਿਪਲਾਈ ਖੁਸ਼ਖਬਰੀ ਸੋਚੀ ਸੀਗੀ ਪਰ ਖੁਸ਼ਖਬਰੀ ਸੀ ਨਹੀਂ ਮੈਨੂੰ ਦਿਖਾਈ ਮਾੜੀ ਜਿਹੀ ਲੈਟਰ ਕੀ ਲਿਖਿਆ ਸੀ ਉਹਦੇ ਉੱਤੇ ਤੁਹਾਨੂੰ ਹੁਣੇ ਪੜ੍ਹ ਕੇ ਦੱਸਦੇ ਹਾਂ ਕਨੇਡਾ ਤੋਂ ਬੜੀ ਵਧੀਆ ਲੈਟਰ ਆਈ ਸੋਚਿਆ ਕਿ ਬੜਾ ਕੁਛ ਹੋਊਗਾ ਉਹਦੇ ਵਿੱਚੋਂ ਬੜੇ ਖੁਸ਼ ਹੋ ਗਏ ਆਪਾਂ ਕਿਹਾ ਲੈ ਵੀ ਕਨੇਡਾ ਦਾ ਵੀਜ਼ਾ ਲੱਗ ਗਿਆ ਓਏ ਹੁਣ ਤਾਂ ਮੈਂ ਕਨੇਡਾ ਜਾਵਾਂਗੇ ਬੜਾ ਸੋਚਿਆ ਪਰ ਗੂ ਕਿਸਮਤ ਉਹ ਜ਼ਿੰਦਗੀ ਸਿੱਧੀ ਕਰ ਦਿੰਦਾ ਸਭ ਕੁਝ ਪੁੱਠਾ ਹੀ ਰਹਿ ਗਿਆ ਮੇਰੀ ਵਾਰੀ ਤੇ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ ਦੱਸਾਂ ਕੀ ਹੈ ਗਗਨਪ੍ਰੀਤ ਸਿੰਘ ਨਹੀਂ ਪਹਿਲਾਂ ਸ਼ੁਰੂ ਕਰਿਆ ਡੇਟ ਅਗਸਤ ਡੈਸ਼ 2023 UCI 11 ਨੰਬਰ ਮੇਰਾ ਗਗਨਪ੍ਰੀਤ ਸਿੰਘ ਹਾਊਸ ਨੰਬਰ 4 ਮਾਸਟਰ ਕਲੋਨੀ ਜਿੰਦਾ ਰੋਡ ਮਕਸੂਦਾ ਜਲੰਧਰ 14408 ਇੰਡੀਆ ਐਡਰੈਸ ਆ ਗਿਆ ਫਿਰ ਆਇਆ ਡੀਅਰ ਗਗਨਪ੍ਰੀਤ ਸਿੰਘ ਥੈਂਕ ਯੂ ਫੋਰ ਯੂ ਇੰਟਰਸਟ ਇਨ ਕਮਿੰਗ ਟੂ ਕੈਨੇਡਾ ਪਹਿਲਾਂ ਤਾਂ ਐਂ ਲੱਗਾ ਜਿੱਦਾਂ ਬੜਾ ਸ਼ੁਕਰੀਆ ਅਦਾ ਕਰਨ ਡੇ ਮੇਰਾ ਕਿ ਤੁਸੀਂ ਬਹੁਤ ਧੰਨ ਭਾਗ ਸਾਡੇ ਤੁਸੀਂ ਕੈਨੇਡਾ ਵਧਾਰਨ ਲੱਗੇ ਹਾਂ ਸ਼ੁਕਰੀਆ ਅਦਾ ਥੈਂਕ ਯੂ ਕਾਹਦਾ ਕਰਤਾ ਯਾਰ ਜਦ ਇਹਨਾਂ ਨੂੰ ਵੀਜ਼ਾ ਹੀ ਨਹੀਂ ਦਿੱਤਾ ਐਵੇਂ ਪੈਸੇ ਭਰਿਆ ਤੇ ਬਸ ਫੀਸਾਂ ਤਾਰੀਆਂ ਉਹਦਾ ਥੈਂਕ ਯੂ ਕਰਤਾ ਥੈਂਕ ਯੂ ਫੋਰ ਯੂ ਇੰਟਰਸਟ ਇਨ ਕਮਿੰਗ ਟੂ ਕੈਨੇਡਾ ਆਈ ਹੈਵ ਰਿਸੀਵਡ ਯੂਅਰ ਟੈਂਪਰੇਰੀ ਰੈਜੀਡੈਂਸ ਵੀਜ਼ਾ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਐਂਡ ਸਪੋਰਟਿੰਗ ਡਾਕੂਮੈਂਟੇਸ਼ਨ ਟੂ ਅਸੈਸ ਯੂ ਮੀਟ ਦਾ ਰਿਕੁਆਇਰਮੈਂਟ ਫੋਰ ਆ ਵਿਜ਼ਟਰ ਵੀਜ਼ਾ www ਕੈਨੇਡਾ ਇਮੀਗ੍ਰੇਸ਼ਨ ਰਿਫਿਊਜ਼ਲ .com ਦਾ ਇਨਕਲੂਡਸ ਅਬਵਸ ਵੈਦਰ ਯੂ ਆਰ ਕਮਿੰਗ ਟੂ ਕੈਨੇਡਾ ਟੈਂਪਰੇਰੀ ਫੋਰ ਦਾ ਰੀਜ਼ਨ ਯੂ ਡਿਸਕ੍ਰਾਈਬ ਇਨ ਯੂਅਰ ਐਪਲੀਕੇਸ਼ਨ ਕਹਿੰਦਾ ਕਿ ਜਿਹੜਾ ਤੁਸੀਂ ਆਈ ਹੈਵ ਅ ਡਿਟਰਮਿਨਰ ਦੈਟ ਯੂਅਰ ਐਪਲੀਕੇਸ਼ਨ ਡਸ ਨਾਟ ਮੀਟ ਦਾ ਰਿਕੁਆਇਰਮੈਂਟ ਆਫ ਦਾ ਇਮੀਗ੍ਰੇਸ਼ਨ ਆਫ ਰਿਫਿਊਜ਼ ਪ੍ਰੋਟੈਕਸ਼ਨ ਐਕਟ IRPA ਇਮੀਗ੍ਰੇਸ਼ਨ ਐਂਡ ਰਿਫਿਊਜ਼ ਪ੍ਰੋਟੈਕਸ਼ਨ ਰੈਗੂਲੇਸ਼ਨ IRPP ਆਈ ਐਮ ਰਿਫਿਊਜ਼ਿੰਗ ਯੂਅਰ ਐਪਲੀਕੇਸ਼ਨ ਰੀਜ਼ਨ ਦਿੱਤੇ ਉਹਨਾਂ ਨੇ I am not satisfied that you leave Canada at the end of your stay as required by paragraph 100 of the IRPR. I am refusing your application because you have no eligible that you will leave Canada based on the following factors. Achha, agge aa je char factor. I am not satisfied that you have truthfully answered all questions asked for of you. You have a significant family ties in Canada. You do not have significant family ties outside Canada. Thus, ਕਹਿੰਦੇ ਕਿ ਕੈਨੇਡਾ ਦੇ ਵਿੱਚ ਤੁਹਾਡੇ ਰਿਲੇਸ਼ਨ ਬਹੁਤ ਵਧੀਆ ਵਾ ਪਰ ਇੰਡੀਆ ਦੇ ਵਿੱਚ ਤੁਹਾਡੇ ਰਿਲੇਸ਼ਨ ਵਧੀਆ ਹੀ ਨਹੀਂ ਹੈਗੇ ਦੱਸ ਕਦੀ ਇਹ ਕਹਿੰਦੇ ਆ ਕਿ ਤੁਹਾਡੇ ਕੈਨੇਡਾ ਦੇ ਵਿੱਚ ਰਿਲੇਸ਼ਨ ਹੋਣੇ ਚਾਹੀਦੇ ਵਧੀਆ ਕਿ ਤੁਸੀਂ ਇੱਥੇ ਆ ਕੇ ਮਤਲਬ ਰਹਿ ਸਕੋ ਜਾਂ ਵਾਪਸ ਜਾ ਸਕੋ ਜਾਂ ਘੁੰਮ ਸਕੋ ਤਾਂ ਮੈਨੂੰ ਕਹਿਤਾ ਹੋ ਕਿ ਤੁਹਾਡੇ ਉੱਥੇ ਰਿਲੇਸ਼ਨ ਵਧੀਆ ਵਾ ਕੈਨੇਡਾ ਤੁਹਾਡੀ ਗੱਲਬਾਤ ਕਹਿੰਦੇ ਫੁੱਲ ਆਪਾਂ ਜਾਣਦੇ ਤੁਹਾਡੀ ਗੱਲਬਾਤ ਨੂੰ ਕਿ ਤੁਹਾਡੀ ਉੱਥੇ ਗੱਲਬਾਤ ਫੁੱਲ ਤੁਹਾਡੇ ਬੰਦੇ ਗਏ ਉੱਥੇ ਪਰ ਕਹਿੰਦਾ ਕਿ ਤੁਹਾਡੇ ਇੰਡੀਆ 'ਚ ਬੰਦੇ ਹੈ ਨਹੀਂ ਫਿਰ ਦੱਸ ਹੱਦ ਹੋ ਗਈ ਮੰਮੀ ਡੈਡੀ ਮੇਰੇ ਇੱਥੇ ਹੀ ਆ ਘਰ ਮੇਰਾ ਇੱਥੇ ਹੀ ਆ ਕੰਮ ਮੇਰਾ ਇੱਥੇ ਹੀ ਆ ਫਿਰ ਲਾਸਟ 'ਚ ਦੇਖਦਾ ਦਾ ਪਰਪਸ ਆਫ ਯੂਅਰ ਵਿਜ਼ਿਟ ਟੂ ਕੈਨੇਡਾ ਇਜ਼ ਨੋਟ ਵਰਕ ਐਂਡ ਟੈਂਪਰੇਰੀ ਸਟੇ ਗਿਵਨ ਦਾ ਡਿਟੇਲ ਯੂ ਹੈਵ ਪ੍ਰੋਵਾਈਡਡ ਇਨ ਯੂਅਰ ਐਪਲੀਕੇਸ਼ਨ ਇਹ ਸੀਗਾ ਤਾਂ ਸੋ ਆਪਣਾ ਨਹੀਂ ਲੱਗਾ ਮਤਲਬ ਕਿ ਉਹਨਾਂ ਦਾ ਕਹਿਣ ਦਾ ਮੇਨ ਰੀਜ਼ਨ ਇਹ ਆਇਆ ਉਹਨਾਂ ਦਾ ਕਿ ਤੁਸੀਂ ਕੈਨੇਡਾ ਦੇ ਵਿੱਚ ਤੁਹਾਡੇ ਸਟਰੋਂਗ ਰਿਲੇਸ਼ਨਸ਼ਿਪ ਹੈਗਾ ਵਾ ਠੀਕ ਹੈ ਕਿ ਸਟਰੋਂਗ ਤੁਹਾਡੇ ਰਿਸ਼ਤੇ ਹੈਗੇ ਉੱਥੇ ਅਤੇ ਤੁਸੀਂ ਉੱਥੋਂ ਵਾਪਸ ਨਹੀਂ ਆਉਣਾ ਉਹਨਾਂ ਕਰਕੇ ਪਰ ਇੰਡੀਆ 'ਚ ਤੁਹਾਡਾ ਕੋਈ ਇਹੋ ਜਿਹਾ ਰਿਸ਼ਤਾ ਹੈ ਨਹੀਂ ਜਿਹਦੇ ਕਰਕੇ ਤੁਸੀਂ ਵਾਪਸ ਆਓਗੇ ਦੱਸ ਮੰਮੀ ਡੈਡੀ ਤੋਂ ਵੱਧ ਕੇ ਕੌਣ ਹੁੰਦਾ ਉਹ ਭਰਾ ਆਉਣਾ ਹੀ ਸੀਗਾ ਵਾਪਸ ਫਿਰ ਉਹਨਾਂ ਨੇ ਸਾਨੂੰ ਰਿਫਿਊਜ਼ ਕਰਤਾ ਮੇਰੇ ਹਿਸਾਬ ਨਾਲ 4th ਐਂਡ 6th 6
या चौथा चौथी वारी होया वा या छेवीं वारी होया, बाकी मैं ज्यादा याद नहीं। हुण मैं घट्टो घट साल चार पाँच साल बाद अपलाई किया है कनेडा का, पर सेम रीजन कि वापस नहीं आना है ना। तो चलो कोई गल नहीं, आप क्या चलो छड्डो परे, फिर जिथे का आप पहला सोचा ही उतों का अपलाई करता वा। सवेरे आप एप्लीकेशन वी एस एफ जाके जमा करा आने, पेपर साडा वीज़ा लग जाना वा, एक महीने का शायद वीज़ा लगेगा। तो फिर उत्थे घूम के आने वापस आ के फिर दो चार छोटिया मोटिया कंट्रियां नहीं जाना, हुण सच वड्डियां कंट्रियां जाना, पर सिंगल कंट्री जिहड़ी हुंदी है ना, वड्डी कंट्री जावांगे ते चार कंट्रियां जावांगे फिर घूम के कैनेडा दा अपलाई करांगे। क्यों नहीं वीज़ा देंगे, ना देंगे तो इन्हां दी बदकिस्मती भरा, आपां नूं कोई चक्कर नहीं। पर दुख बड़ा लगा यार, सोचा ही वीज़ा लग गया यार, साडा शुक्र साडा कनेडा का वीज़ा तो लगा, इन्ने चिर का डीकन ने साडा कनेडा का वीज़ा लग गया, आप हम कनेडा चल जाना। हाँ हाँ ये ब्लॉग पावे हूँ, आप ब्लॉग बनावे कनेडा का वीज़ा लग गया हूँ आप चले हैं, बड़ा कुछ सोचा ही पर माड़ी किस्मत की करिए यार। पर फिर महाराज यकीन है कि बाबा को माड़ा नहीं होन दिंदा, कुछ होर वधिया सोचा होगा, की पता असी पक्के ही जाना हो सकता ना, की पता असी पी आर लैके जाना हो, कोई पक्की कुड़िया उड़ीकन दी हो, पता कोई सिटी नहीं उड़ीकन दी हो जिन्हें पासपोर्ट दवा के खड़ना हो, रब ने की सोचा डिया से रब जानता। बाकी हूँ आप बस दस क दिन के एक सप्राइज देवे छोटा जहा, ठीक है वह सप्राइज देख के तुम इन्ना खुश हो जाना ना, छड्डो परे देख ही लैना दस दिन तक, तो उस तो बाद फिर आप ही दसवें ग्यारहवें बारहवें दिन आप उड़ जाना, सप्राइज पहला देख जावे एक छोटा जहा, उस तो बाद आप चल जाना। सो बस यही से अपना ब्लॉग, तो बाकी तुहानू वधिया लगा तो चैनल कर लो सबसक्राइब, गाइया अपनी सू पैनी है, फिर तुहानू दसदे आ, मिलते हैं नवे ब्लॉग च, बाय बाय, टेक केयर, इदा ही प्यार करते रहो, इदा कमेंट करते रहो, इदा ही बस सारा कुछ, तो मिलते हैं नवे ब्लॉग च, बाय बाय, टेक केयर।